पिछले दिनी एक गुरसिख बच्चा श्री दरबार साहिब अमृतसर सिखी स्वरूप अते तीज रखण करके काफ़ी चर्चा विच आया सी, जिसनों सिख संगता अते मीडिया ने बहुत माण दिता। उस तरह ही एक होर गुरसिख बच्चा डल जिला तरन तार के रहने वाला पूर्ण गुरसिख बच्चा कैमरे सामने आया। जदों इस बच्चे नाल गल कीती तां उसने अपना नाम सिमरनजीत सिंह दस्या, उम्र करीब 6.5 साल दसी, पढ़ाई पहली क्लास। ये बच्चा संत जरनैल सिंह खालसा पिंडरांवाले का फैन है। इसने दस्या कि तीर अते कृपान संत जी होना की तस्वीर देख के ही धारण करन दा मन बनिया। इस तों अलावा इस गुरसिख बच्चे नूं चोला पाउण दा बहुत शौक है। सिर ते दुमाला बिना सीसा देखिया ही झट सजा लैंदा अते जवानी गुरबाणी दा जाप कंठ है। की ना खालसा जी? सिमरनजीत। डैडी जी दा? गुरसिख सिंह। केड़ा पिंड खालसा जी? डल। अच्छा जी, एक इस तरह जेड़ा बाबा जी तुहानू शौक पिया गुरु घर नाल जोड़न दा? मेरे मन च आप आया भी। अच्छा जी, की आया मन दे विच? मैं मन दे विच आया सी मैं आप चीज़ां खरीदा। अच्छा, केड़ियां केड़ियां चीज़ां? तीर ते बाबे पिंडरांवाले दी फोटो ते कृपान। अच्छा जी, मान लो तुसीं कितें मेले जां कितें बाज़ार जांदे जी, बाज़ार दे विच्चों जां मेले चों किहो जिहियां वस्तुआं तुहानूं खरीदण दा जिहड़ा शौक आ? तीर ते कृपान ते फोटो। अच्छा खालसा जी, जिवें कि बाज़ार दे विच्चों जिहड़े बहुते बच्चे आ उह बाजियां नूं ज़्यादा पसंद करदे आ, ते तुसीं वी कदी बाजियां खरीदियां कि नहीं? नहीं। अच्छा, ਤੁਹਾਡਾ ਮਨ ਨਹੀਂ ਕਰਦਾ ਵੀ ਇਹਨਾਂ ਜਿਹੜੀਆਂ ਬਾਜ਼ੀਆਂ ਖਰੀਦੀਆਂ ਜਾਣ? ਸ਼੍ਰੀ ਅਕਾਲ ਤਖਤ ਸਾਹਿਬ ਜੀ, ਸ਼੍ਰੀ ਕੇਸਗੜ੍ਹ ਸਾਹਿਬ ਜੀ, ਸ਼੍ਰੀ ਦਮਦਮਾ ਸਾਹਿਬ ਜੀ, ਸ਼੍ਰੀ ਪਟਨਾ ਸਾਹਿਬ ਜੀ, ਸ਼੍ਰੀ ਹਜ਼ੂਰ ਸਾਹਿਬ ਜੀ। ਗੁਰਬਾਣੀ ਵਿਚਾਰ ਕਰ ਲੈਂਦੇ ਜੀ? ਗੁਰਬਾਣੀ ਦਾ ਜਾਪ ਕਰਕੇ ਸੁਣਾ ਸਕਦੇ ਹੋ? ਏਕਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਲਮਰ ਜਿਨ ਸਭ ਅੰਗਦ ਪ੍ਰਸਾਦ ਜਪਾ ਜਗਾ ਸਚ ਹੈਪੀ ਫਚ ਨਾਨਕ ਕਿਉਂਕਿ ਵੀ ਸੱਚ ਸੋਚੇ ਸੋਚਣ ਅਵਰੀ ਜਿਸ ਸੱਚੇ ਲਗਵਾ ਜੋ ਚੁੰਪ ਚੁਪਣਾ ਅਵਰੀ ਜਵਰਨਾ ਭਰਿਆ ਪਾ ਸਹਿ ਸਿਆ ਬਾਲਾ ਕੋਈ ਤੈ ਕਣ ਚੱਲੇ ਨਾਰ ਕੇ ਬਚਾ ਰਹੀ ਹੈ ਕਿ ਤੂਰੇ ਟੁੱਟੇ ਪਾਰ ਗਮਨ ਜਾਈ ਚੱਲਣਾ ਨਾਨਕ ਲਿਖਿਆ ਨਾਰ ਹੁਮੇ ਹੁਣ ਕਾਲ ਹੁਮੇ ਆਪਣੇ ਹੁਕਮੇ ਲਗ ਦੁੱਖ ਸੁਖ ਪਾਈਏ ਕਣਕ ਮੈਂ ਬਖਸੀ ਸੇ ਹੁਕਮੇ ਜਾਤਾ ਕਮਾਈਏ ਹੁਕਮੇ ਸਭ ਕੋ ਬਾਹਰ ਗਮਨਾ ਕੋਈ ਨਾਨਕ ਹੁਕਮੇ ਬੁੱਢੇ ਬੁੱਢੇ ਤਾਂ ਹੁਮੇ ਰਹਿਣ ਕੋਈ ਗਾਵੇ ਕੋ ਤੌਣ ਹੋਏ ਫੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋਈ ਗੁਨੂੜੇ ਅੰਗਾ ਚਾਰ ਗਾਵੇ ਕੋ ਜਿਲਿਆ ਫਿਰਦੇ ਗਾਵੇ ਕੋ ਜਾਪੇ ਦੀ ਸੇ ਦੂਰ ਗਾਵੇ ਕੋ ਵੇਖਿਆ ਦਾ ਦੂਰ ਕਦਨਾ ਕਦੇ ਨਾਵੇ ਤੋ ਕਾਤ ਕਾਤ ਕੱਟੀ ਕੋਟੇ ਕੋਲ ਕੋਲ ਦਿੰਦਾ ਦੇ ਲੈਂਦੇ ਤੱਕ ਪਾਏ ਜੁਗਰ ਜਗੰਦਰ ਖਾਈ ਖਾਈ ਹੁਮੇ ਹੁਮ ਚਲਾਏ ਰਾਹੁ ਨਾਨਕ ਵਿਸ਼ੇ ਵੇ ਪ੍ਰਵਾਹ ਸਾਚਾ ਵਾਈ ਸਾਚਾ ਨਾ ਪਾਕਿਆ ਬਹੁ ਬਾਲਾ ਕੇ ਮੰਗੇ ਦੇਈ ਦੇ ਦਾਤ ਕਰੇ ਦਾ ਤਾਰ ਫਰਕੇ ਅੱਗੇ ਰੱਖੀਏ ਜੀ ਤੇਰੀ ਫਿਰ ਦਰਬਾਰ ਮੁੱਕੇ ਬੋਲਣ ਬੋਲੀਏ ਜੀ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸਾਚਾ ਨਾ ਵੜੇ ਆਈ ਵਿਚਾਰ ਤਰਨੀ ਆਵ ਕਪੜਾ ਮਿੱਤਰੀ ਮੁੱਖ ਦੁਆਰ ਨਾਨਕ ਕਹਿਵੇ ਜਾਣੇ ਸਭ ਆਪਣਾ ਵਿਚਾਰ ਸਭ ਬਣ ਜਾ ਗਈ ਲੜਾਈ ਆਪੇ ਆਪਣੇ ਰੇਂਜਰ ਸੋਚਣ ਸੇਵਿਆ ਦਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਦਾਨ ਗਾਵੇ ਗੁਣੀ ਮੇਰੇ ਖੀਆ ਪਾਓ ਤੋਂ ਬਾਹਰ ਫੁੱਕਰ ਲੈ ਜਾ ਗੁਰਮਾ ਨਾਨਕ ਗੁਰ ਮੰਗਿਆ ਦਾ ਗੁਰ ਮੰਗਿਆ ਮਾਈ ਗੁਰੀ ਸਰ ਗੋਰ ਬ੍ਰਹਮ ਕਿਰਪਾਤ ਬਤੀ ਮਾਈ ਜੇ ਹੋ ਜਾਣ ਅਕਣ ਕਣ ਕਦਨ ਜਾਈ ਗੁਰਾਂ ਨੇ ਬਜਾਈ ਸਮਣਾ ਜੀ ਆਤਾ ਇੱਕ ਦਾਤਾ ਸੋਮੇ ਵਿਸਰਨ ਜਾਈ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਵਧੀ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਤਿ ਸ੍ਰੀ ਅਕਾਲ। इस छोटी उम्र के बच्चे विच गुरु घर नाल इन्नी कु ज़्यादा लगन है कि कदे बाजार जां मेले विच कोई भी बाजी जां खड़ौना नहीं, सगो संतां दीआं तस्वीरां अते होर धार्मिक ज्ञान खरीदण नूं पहल दिंदा है। की नाम बच्चे? गुरसेव सिंह। केड़ा पिंड? सानो दर्शन सिंह पिंड डल। इस बच्चे बारे की तुसीं कहना चाहुंदे हो? ये बच्चे दा नाम सिमरजीत सिंह है जी, इहदी उम्र इस टाइम 6.5 साल है।
ਇਹ ਜੋ ਤੁਸੀਂ ਇਹ ਤੁਹਾਡਾ ਬੇਟਾ? ਹਾਂਜੀ ਇਹ ਮੇਰਾ ਬੇਟਾ ਹੈ। ਇਹ ਜੋ ਤੁਸੀਂ ਇਹ ਵੇਖ ਰਹੇ ਜੇ ਮਹਾਰਾਜ ਦੇ ਬਾਣਾ ਇਹਨੇ ਪਾਇਆ ਹੋਇਆ, ਇਹਨੂੰ ਕੁਦਰਤੀ ਇਹਦਾ ਰੁਝਾਨ ਆ। ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਅਸੀਂ ਦਰਬਾਰ ਸਾਹਿਬ ਗਏ ਅਤੇ ਇਹਨੇ ਡਿਮਾਂਡ ਕੀਤੀ ਤਲਵਾਰ ਦੀ ਕਿ ਪਾਪਾ ਜੀ ਮੇਰੇ ਲਈ ਤਲਵਾਰ ਲੈ ਗਏ। ਉਹ ਤੋਂ ਬਾਅਦ 2 ਕੁ ਮਹੀਨੇ ਬਾਅਦ ਇਹਨੇ ਤੀਰ ਦੀ ਡਿਮਾਂਡ ਕੀਤੀ ਆ। ਅਤੇ ਇਹ ਤੋਂ ਬਾਅਦ 'ਚ ਇਹ ਸੰਤ ਜਰਨੈਲ ਸਿੰਘ ਦੇ ਜਿਹੜਾ ਸੋਸ਼ਲ ਮੀਡੀਆ 'ਤੇ ਵੀਡੀਓ ਵਗੈਰਾ ਵੇਖਦਾ ਹੈ ਅਤੇ ਉਹ ਚੀਜ਼ ਦਾ ਇਹਨੂੰ ਅਸਰ ਆ। ਉਹਨਾਂ ਨੂੰ ਬਹੁਤ ਪਿਆਰ ਕਰਦਾ, ਉਹਨਾਂ ਦੀ ਤਸਵੀਰ ਲੈ ਕੇ ਆਉਂਦਾ ਜਿੱਥੇ ਕਿਤੇ ਜਾਂਦਾ, ਮੇਲੇ ਵਗੈਰਾ ਜਾਂਦਾ। ਉਹ ਬਾਜੀ ਨਹੀਂ ਲੈ ਕੇ ਆਉਂਦਾ, ਜਾਂ ਤਲਵਾਰ ਜਾਂ ਤੀਰ ਜਾਂ ਮਤਲਬ ਕੋਈ ਧਾਰਮਿਕ ਚੀਜ਼ ਇਹਨੇ ਜਾਂ ਸੰਤਾਂ ਦੀ ਫੋਟੋ ਲੈ ਕੇ ਆਉਣੀ ਆ। ਅੱਛਾ, ਵੱਡੀ ਗੱਲ ਇਹ ਆ ਜੀ, ਅੱਜ ਤੋਂ 2 ਕੁ ਸਾਲ ਪਹਿਲਾਂ ਸਾਡੇ ਡੈਡੀ ਜੀ ਹੋਣੀ ਜਦੋਂ ਡੈਥ ਹੋਈ ਆ, ਉਸ ਟਾਈਮ 'ਤੇ ਥੋੜ੍ਹਾ ਮੈਨੂੰ ਦਿਮਾਗੀ ਪ੍ਰੈਸ਼ਰ ਜਿਹਾ ਹੋ ਗਿਆ ਸੀ। ਇਹ ਬੱਚੇ ਨੇ ਸਾਨੂੰ ਕਹਿ ਕੇ ਅੰਮ੍ਰਿਤ ਛਕਾਇਆ। ਤੁਹਾਡਾ ਵਿਚਾਰ ਨਹੀਂ ਸੀ ਪਹਿਲਾਂ? ਮੇਰਾ ਕੋਈ ਵਿਚਾਰ ਨਹੀਂ, ਚਲੋ ਮੈਂ ਕੇਸ ਸ਼ੁਰੂ ਤੋਂ ਹੀ ਰੱਖੇ ਆ, ਪਰ ਇਹ ਆ ਵੀ ਮੈਂ ਅੰਮ੍ਰਿਤ ਕਈਆਂ ਦੇ ਮੈਨੂੰ ਕਹਿਣ 'ਤੇ ਵੀ ਨਹੀਂ ਛਕਾ। ਇਹ ਬੱਚੇ ਨੇ ਸਾਨੂੰ ਕਹਿ ਕੇ ਅੰਮ੍ਰਿਤ ਛਕਾਇਆ 2018 ਦੇ ਵਿੱਚ। ਉਸ ਤੋਂ ਬਾਅਦ ਜੇ ਬੱਚੇ ਦਾ ਇੰਨਾ ਰੁਝਾਨ ਵੱਧ ਗਿਆ, ਮਤਲਬ ਇਹਨੇ ਵੇਖ ਲਓ ਬਾਣਾ ਵੀ ਆਪਣੇ ਆਪ ਹੀ ਡਿਮਾਂਡ ਕਰਦਾ ਹੈ ਧਾਰਮਿਕ ਚੀਜ਼ਾਂ ਦੀ, ਗੁਰਦੁਆਰਾ ਸਾਹਿਬ ਜਾਂਦਾ, ਪਾਠ ਵੀ ਚਲੋ ਜਿੰਨਾ ਕਿ ਨਹਾਉਂਦਾ 5 ਪੌੜੀਆਂ ਦਾ ਕਰਦਾ ਡੇਲੀ। ਅਤੇ ਬਾਕੀ ਵੀ ਵਿਚਾਰ ਜਿਹੜੇ ਆ, ਜੋ ਵੀ ਸੋਸ਼ਲ ਮੀਡੀਆ ਜਿਹੜੇ ਵੇਖਦਾ, 4 ਸਾਹਿਬਜ਼ਾਦਿਆਂ ਦੀ ਫਿਲਮ, ਬਾਬਾ ਬੰਦਾ ਸਿੰਘ ਬਹਾਦਰ ਦੀ, ਇੱਦਾਂ ਮਤਲਬ। ਅਤੇ ਬਾਕੀ ਤੁਹਾਡੇ ਸਾਹਮਣੇ ਜਾਂ ਜੋ ਕੁਝ ਵੀ ਆ, ਇਹ ਇਹਨੂੰ ਕੁਝ ਅਸੀਂ ਸਾਡੇ ਤੋਂ ਕੁਝ ਸਿਖਾਇਆ ਨਹੀਂ ਗਿਆ, ਨਾ ਸਾਨੂੰ ਕੋਈ ਇਤਿਹਾਸ ਦੀ ਬਹੁਤੀ ਜਾਣਕਾਰੀ ਆ, ਅਤੇ ਮਤਲਬ ਕੁਦਰਤ ਵੱਲੋਂ ਹੀ ਆ ਜੋ ਕੁਝ। ਸਕੂਲ ਜਿਹੜਾ ਇਹਨਾਂ ਦਾ, ਸਕੂਲ ਦੇ ਵਿੱਚ ਕੀ ਸਿੱਖਿਆ ਦਿੰਦੇ? ਹਾਂ, ਸਕੂਲ ਹੈ ਜੀ ਕਲਗੀਧਰ ਪਬਲਿਕ ਸਕੂਲ ਭਿੱਖੀ ਪਿੰਡ ਵਿਖੇ ਪੜ੍ਹਦਾ ਹੈ, 1st ਕਲਾਸ 'ਚ ਪੜ੍ਹਦਾ ਹੈ। ਚਲੋ ਉਹਨਾਂ ਨੇ ਵੀ ਇਹਨੂੰ ਸਿਖਾਇਆ ਹੋਏਗਾ ਬਹੁਤ ਕੁਝ, ਉਹਨਾਂ ਦੀ ਵੀ ਮਤਲਬ ਜੋ ਵੀ ਦੇਣਾ ਸਕੂਲ ਵਾਲਿਆਂ ਦੀ, ਅਸੀਂ ਬੱਚੇ ਨੂੰ ਕੁਝ ਸਿਖਾ ਨਹੀਂ ਸਕੇ ਜਿਹੜੀ ਸਾਡੇ ਕੋਲ ਕਮੀ। ਸਕੂਲ ਵੀ ਤੁਹਾਡਾ ਕਹਿਣ ਦਾ ਭਾਵ ਹੈ ਸਕੂਲ ਵੀ ਧਾਰਮਿਕ? ਹਾਂਜੀ, ਧਾਰਮਿਕ ਸਕੂਲੇ ਪੜ੍ਹਦਾ, ਉਹਨਾਂ ਵੀ ਇਹਨੂੰ ਬਹੁਤ ਸਿੱਖਿਆ ਦਿੱਤੀ ਆ, ਜਾਂ ਇਹ ਬੱਚੇ ਨੇ ਖੁਦ ਆਪਣੇ ਆਪ ਜੋ ਸਿੱਖਿਆ, ਸਾਡੇ ਕੋਲ ਇੰਨੀ ਕਮੀ ਰਹੀ ਕਿ ਅਸੀਂ ਇਹਨੂੰ ਸਿੱਖਿਆ ਨਹੀਂ ਦੇ ਸਕੇ ਬੱਚੇ ਨੂੰ। ਜੇਕਰ ਅਸੀਂ ਇਤਿਹਾਸ ਬਾਰੇ ਜਾਣਕਾਰੀ ਇਹਨੂੰ ਪੂਰੀ ਦਿੱਤੀ ਹੁੰਦੀ ਤਾਂ ਅੱਜ ਸ਼ਾਇਦ ਬੱਚਾ ਇਦੋਂ ਵੀ ਅੱਗੇ ਜਾਂਦਾ। ਉਮਰ ਕਿੰਨੀ ਹੈ ਇਹਦੀ? ਉਮਰ 6.5 ਸਾਲ ਹੈ ਜੀ ਇਸ ਟਾਈਮ। ਅੱਛਾ ਜੀ, ਬਹੁਤ ਛੋਟਾ ਬੱਚਾ। ਹਾਂਜੀ, ਇਹਦੇ ਵੀਰ ਜੀ ਹੋਰ ਕੀ ਕੀ ਸ਼ੌਂਕ ਹੈ ਬੱਚੇ ਦੇ? ਸ਼ੌਂਕ ਵੀਰ ਜੀ ਇਹਦਾ ਇਹੀ ਆ ਵੀ ਤਲਵਾਰ ਹੈ ਜਿਹੜੇ ਸ਼ਸਤਰ ਹੈ ਸਜਾ ਕੇ ਰੱਖਦਾ ਹੈ, ਅਤੇ ਬਾਕੀ ਧਾਰਮਿਕ ਜਿਹੜੇ ਇਹਨੂੰ ਰੁਝਾਨ ਹੈ ਇਹਦਾ, ਮਤਲਬ ਜਿੱਦਾਂ ਵੀ ਕੁਝ ਸੋਸ਼ਲ ਮੀਡੀਆ 'ਤੇ ਉਹ ਵੀ ਇਹਨੇ ਧਾਰਮਿਕ ਚੀਜ਼ਾਂ ਵੇਖਣੀਆਂ, ਅਤੇ ਮਤਲਬ ਬਾਣਾ ਇਹਨੇ ਬਿਲਕੁਲ ਤਿਆਰ ਬਿਆਰ ਤਿਆਰ ਰਹਿੰਦਾ, ਅਤੇ ਗੁਰਦੁਆਰਾ ਸਾਹਿਬ ਜਾਂਦਾ, ਦੋਵੇਂ ਟਾਈਮ ਮੌਕਾ ਮਿਲ ਜਾਵੇ ਦੋਵੇਂ ਟਾਈਮ ਇੱਕ ਟਾਈਮ ਜਾਂਦਾ ਅਤੇ ਪਾਠ। ਗੁਰਦੁਆਰਾ ਸਾਹਿਬ ਜਿਹੜਾ ਘਰ ਤੋਂ ਕਿੰਨੀ ਦੂਰ ਹੈ? ਇਹ ਤਕਰੀਬਨ 1.5 ਕਿਲੋਮੀਟਰ ਦੇ ਲਗਭਗ। ਹਾਂਜੀ, ਅਤੇ ਰੋਜ਼ਾਨਾ ਜਾਣਾ? ਹਾਂਜੀ ਜਾਣਾ, ਸ਼ਾਮਾਂ ਦੇ ਟਾਈਮ ਰੋਜ਼ਾਨਾ ਜਾਣਾ। ਤੁਹਾਨੂੰ ਨਹੀਂ ਲੱਗਦਾ ਕਿ ਇੰਨੀ ਜਿਹੜੀ ਇਹ ਛੋਟੀ ਉਮਰ ਦੇ ਵਿੱਚ ਜਿਹੜਾ ਗੁਰੂ ਘਰ ਨਾਲ ਇਹ ਬੱਚਾ ਜੁੜਿਆ, ਅਤੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ? ਦੇਖੋ ਜੀ, ਗੱਲ ਬਹੁਤ ਮਾਣ ਵਾਲੀ ਆ, ਬਾਕੀ ਹੈ ਤਾਂ ਜੇ ਕੁਦਰਤੀ ਹੈ, ਅਸੀਂ ਤਾਂ ਮਾਣ ਮਹਿਸੂਸ ਕਰਦੇ ਹਾਂ ਇਸ ਚੀਜ਼ ਦਾ ਵੀ ਜਦੋਂ ਇਹ ਪਿੰਡ 'ਚ ਜਾਂਦਾ, ਉੱਥੇ ਸੰਗਤਾਂ ਵੇਖਦੀਆਂ, ਸਾਰੇ ਪੁੱਛਦੇ ਆ ਵੀ ਮਤਲਬ ਇਹ ਬੱਚਾ ਕਿੰਨਾ ਪਿਆਰਾ ਲੱਗਦਾ ਹੈ, ਕਿਹਦਾ ਬੱਚਾ ਜਾਂ ਕਿੱਦਾਂ, ਮਤਲਬ ਮਾਣ ਤਾਂ ਮਹਿਸੂਸ ਹੁੰਦਾ ਹੀ ਆ। ਬਾਕੀ ਸਾਡੇ ਕੋਲ ਕਮੀ ਇਹੋ ਰਹੀ ਵੀ ਜਿਹੜਾ ਅਸੀਂ ਥੋੜ੍ਹਾ ਇਹਨੂੰ ਇਤਿਹਾਸ ਬਾਰੇ ਜ਼ਿਆਦਾ ਦੱਸ ਨਹੀਂ ਸਕੇ, ਜੋ ਕੁਝ ਆਪਣੇ ਆਪ ਹੀ ਬਣਿਆ। ਜਿਸ ਤਰ੍ਹਾਂ ਬੱਚੇ ਜਿੱਦਾਂ ਵਿਆਹ ਸ਼ਾਦੀ ਜਾਂਦੇ, ਅਤੇ ਉਸ ਟਾਈਮ ਇਹ ਕਿਸ ਤਰ੍ਹਾਂ ਦਾ ਪਹਿਰਾਵਾ ਜਿਹੜਾ ਪਾ ਕੇ ਜਾਂਦਾ? ਦੇਖੋ ਜੀ, ਪਹਿਰਾਵਾ ਇਹਨੂੰ ਇਹ ਪਹਿਲ ਦਿੰਦਾ ਜੀ, ਚੋਲਾ ਸਾਹਿਬ ਅਤੇ ਕਛਹਿਰਾ ਜੋ ਵੀ ਬਣਾ ਇਸ ਟਾਈਮ ਇਹਨੇ ਸਜਾਇਆ ਇਸੇ ਨੂੰ, ਮਤਲਬ ਇਹਦੀ ਜਿਹੜੀ ਮਨ ਦੀ ਇੱਛਾ ਇਹੋ ਹੀ ਹੁੰਦੀ ਕਿ ਮੈਂ ਚੋਲਾ ਪਾ ਕੇ ਜਾਣਾ। ਉਹ ਕਈ ਮੌਸਮ ਦੇ ਹਿਸਾਬ ਨਾਲ ਕਈ ਵਾਰੀ ਅਸੀਂ ਮਤਲਬ ਬੱਚੇ ਨੂੰ ਕਹਿ ਕੇ ਵਰਦੀ ਪਾਉਣੇ, ਬਾਕੀ ਇਹਦਾ ਜਿਹੜਾ ਮਨ ਹੈ ਇਹਦਾ ਇਹੀ ਆ ਵੀ ਮੈਂ ਚੋਲਾ ਪਾ ਕੇ ਹੀ ਜਾਣਾ ਜਿੱਥੇ ਕਿਤੇ। ਹੋਰ ਤੁਸੀਂ ਜਿਹੜਾ ਕੀ ਸੰਦੇਸ਼ ਦੇਣਾ ਚਾਹੁੰਦੇ ਜਾਂ ਕਹਿਣਾ ਚਾਹੁੰਦੇ ਹੋ? ਕਹਿਣਾ ਵੀ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਕਹਿਣੀ ਆ ਵੀ ਇਹ ਜਿਹੜੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਆ, ਇਹਦਾ ਮਕਸਦ ਕੋਈ ਵਿਊ ਨਹੀਂ, ਕੋਈ ਲਾਇਕ ਨਹੀਂ, ਮਤਲਬ ਕੋਈ ਵੀਰ ਗਲਤ ਨਾ ਸੋਚੇ, ਮਤਲਬ ਇਹੋ ਹੀ ਆ ਵੀ ਇਹ ਬੱਚੇ ਵਾਲੇ ਵੇਖ ਕੇ ਜੋ ਬੱਚੇ ਬਦਲਣਾ ਚਾਹੁਣ ਜਾਂ ਕੋਈ ਮਾਂ ਬਾਪ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ, ਇਹ ਬੱਚੇ ਨੂੰ ਵੇਖ ਕੇ ਆਪਣਾ ਉਹ ਬੱਚੇ ਜਿਹੜੇ ਆਪਣੀ ਜ਼ਿੰਦਗੀ ਸੁਧਾਰ ਸਕਣ, ਇਹਦਾ ਮੇਨ ਮਕਸਦ ਆਪਣਾ ਇਹੋ ਹੀ ਆ। ਪੱਟੀ ਤੋਂ ਬਲਜੀਤ ਸਿੰਘ ਦੀ ਖਾਸ ਰਿਪੋਰਟ। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।